ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਕਲਾਣਾ, ਤਹਿਸੀਲ ਬੁਢਲਾਡਾ ਮੰਡੀ ਅਤੇ ਜ਼ਿਲ੍ਹਾ ਮਾਨਸਾ। ਜੇ ਇਸ ਏਰੀਏ ਦੀ ਗੱਲ ਕਰ ਲਈਏ, ਜਿਹੜੇ ਪਸ਼ੂ ਨੇ ਸੱਜਣੋ, ਇਸ ਏਰੀਏ ਦੇ ਵਿੱਚ ਟੌਪ ਦੇ ਪਸ਼ੂ ਪਾਏ ਜਾਂਦੇ ਨੇ, ਕਿਉਂਕਿ ਪੁਰਾਣਾ ਏਰੀਆ ਆ ਗਿਆ, ਜੰਗਲ ਦਾ ਇਲਾਕਾ ਮੰਨਿਆ ਗਿਆ। ਘਰੇਲੂ ਸੱਜਣ ਕੋਲ ਪਹੁੰਚੇ ਹਾਂ, ਇੱਕ ਬਾਈ ਕੋਲ ਆ, ਝੋਟੀ ਫੋਰ ਸੇਲ ਆ, ਪਿਛਲੇ ਸਾਲ ਬਾਈ ਕਹਿੰਦਾ ਆਈ ਹੋਈ ਆ ਹਿਸਾਰ ਦੇ ਏਰੀਏ 'ਚ। ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ, ਜਿਹੜਾ ਰੇਟ ਆ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ, ਅਤੇ ਬਾਕੀ ਤੋਰ ਕੇ ਖੋਲ ਕੇ ਹਰੇਕ ਪੱਖ ਤੋਂ ਦਿਖਾ ਦਾਂਗੇ। ਆ ਜਾ ਬਾਈ, ਹੋਰ ਕਿਵੇਂ ਆ, ਠੀਕ ਠਾਕ ਬਾਈ, ਹੋਰ ਠੀਕ ਚੜ੍ਹਦੀ ਠਾਕ। ਕਲਾ, ਹਾਂਜੀ ਬਾਈ, ਬਾਈ ਨਾਮ ਤੇ ਨੰਬਰ ਬੋਲ ਦੇ। ਬਾਈ ਨਾਮ ਹੈਗਾ ਗਗਨਦੀਪ ਸਿੰਘ, ਹਾਂਜੀ, ਪਿੰਡ ਕਲਾਣਾ, ਤਹਿਸੀਲ ਬੁਢਲਾਡਾ ਅਤੇ ਜ਼ਿਲ੍ਹਾ ਮਾਨਸਾ ਰਹਿੰਦਾ। ਫੋਨ ਨੰਬਰ ਹਾਂਜੀ, 8876 2763 365। ਤੜਕੇ ਨਾਲ ਬੋਲ ਯਾਰ, ਐਂ ਨਾ ਰੋਟੀ ਰਾਟੀ ਖਾਧੀ ਹੋਈ ਆ ਜਿਵੇਂ। ਹਾਂ, 8876 2763 365। ਹਾਂਜੀ, 8876 2763 365, ਹਾਂਜੀ। ਤੇ ਝੋਟੀ ਘਰ ਦੀ ਆ ਕਿ ਵਪਾਰ ਵਾਲੀ ਆ? ਨਹੀਂ ਬਾਈ, ਇਹ ਪਿਛਲੇ ਸੂਏ ਆਪਾਂ ਲੈ ਕੇ ਆਏ ਮਾਰ ਸੀ, ਦੇ ਚੋਬਰਾ ਕੈਮਰਾ ਝੋਟੀ ਤੇ ਪਿਛਲੇ ਸਾਲ ਲੈ ਕੇ ਆਏ ਜੀ, ਲੈ ਕੇ ਆਏ ਜੀ, ਵੀ ਹਿਸਾਰ ਦੇ ਲਵੇ ਕਾਲੀ ਰਾਵਣ ਪਿੰਡ ਆ, ਉੱਥੋਂ ਲੈ ਕੇ ਆਏ ਸੀ, ਪਹਿਲਣ ਪਹਿਲਣ ਲੈ ਕੇ ਆਏ ਸੀ। ਆ ਤੋਰ ਖੋਲ ਕੇ ਨਾਲ ਨਾਲ ਦੀ ਡਿਟੇਲ ਦੱਸੀ ਜਾਈ। ਪਹਿਲਣ ਬਾਈ ਕਹਿੰਦਾ ਆਪਾਂ ਲੈ ਕੇ ਆਏ ਤੇ ਕਾਲੀ ਰਾਵਣ ਹਿਸਾਰ ਦੇ ਨੇੜੇ ਪਿੰਡ ਆ, ਤੇ ਦੁੱਧ ਪਹਿਲਾਂ ਨੇ ਕਿੰਨਾ ਕੁ ਪਾਇਆ ਨੇ? ਦੂਜੇ ਨੇ ਬਾਈ 13 ਲੀਟਰ ਪਾਏ ਪਹਿਲੇ ਸੀ। 13 ਕਿਲੋ? ਹਾਂਜੀ। ਹਾਂ, ਤੇ ਨਾਲ ਇਹਦੇ ਆ ਗਿਆ ਸੱਜਣੋਂ ਮੇਲ ਕਾਫ, ਤੇ ਨਾੜੂ ਵੀ ਤੁਹਾਨੂੰ ਦਿਖਾ ਦੇਣਾ ਨਾਲ ਹੀ ਆ। ਲੈ ਚੱਲ, ਹੁਣ ਸੂਈ ਨੂੰ ਕਿੰਨਾ ਦਿਨਾਂ ਨੂੰ? ਅੱਜ ਬਾਈ ਇਹਨੂੰ ਚੌਥਾ ਦਿਨ ਹੈ। ਚੌਥਾ ਦਿਨ? ਹਾਂਜੀ। ਕਿੰਨਾ ਬੋਲਾ ਹਾਜ਼ਰਾ? 10 ਲੀਟਰ ਹੈ ਬਾਈ। 10 ਹੈਗਾ? ਹਾਂਜੀ। ਡੰਗ ਦੋ ਡੰਗ ਚੋਣ ਵਾਲਾ? ਹਾਂ ਹਾਂ ਬਾਈ, ਉਹਦਾ ਕਹਿਣ ਵਾਲਾ ਗੱਲਾ? ਨਾ ਨਾ, ਚੋ ਕੇ ਲਿਜਾਵੇ ਬਾਈ, ਉਹਦਾ 2 ਡੰਗ ਤਸੱਲੀ ਕਰਕੇ। ਤਸੱਲੀ ਕਰਾ ਦਾਂਗੇ? ਹਾਂ ਹਾਂ ਬਾਈ। ਵਪਾਰ ਵਪੂਰ ਵਾਲਾ ਸਿਸਟਮ ਦਾ ਨਹੀਂ? ਨਾ ਨਾ ਬਾਈ, ਆਪਣੇ ਘਰ ਦੀ ਪਸ਼ੂ ਨੇ। ਕਿਤੇ ਬਾਅਦ ਚੋਂ ਪਤਾ ਲੱਗੇ ਵੀ ਬਾਈ ਵਪਾਰ ਕਰਦਾ ਸੀ? ਨਾ ਨਾ ਬਾਈ, ਉਹ ਤਾਂ ਪਤਾ ਲੱਗ ਜਾਂਦਾ ਆ ਕੇ ਨਾ। ਕਮਾਲ ਆ ਇੱਥੋਂ ਫਿਰ। ਆ ਝੋਟੀ ਆ ਗਈ ਸੱਜਣੋ, ਬਹੁਤ ਕਮਾਲ ਦੀ। ਇੱਕ ਗੱਲ ਤੁਹਾਨੂੰ ਹੋਰ ਦੱਸਦਾ, ਜਿਹੜਾ ਸਮਾਂ ਸਮਾਂ ਚਬਾਈ ਦਾ ਇਹਦਾ ਪੈਂਡਿੰਗ ਆ, ਜੱਜਮੈਂਟ ਆ ਨਾ ਜਿਹੜੀ ਇਹਦੀ, ਉਹ ਹਿਸਾਬ ਨਾਲ ਕਰ ਲਿਓ। ਪਰ ਰੱਖਦੀ ਜੇ ਆਪਾਂ ਗੱਲ ਕਰ ਲਈਏ, ਲੇਵਾ ਥੋੜ੍ਹਾ ਜਿਹਾ ਬੰਦ ਰੱਖਦੀ ਆ, ਪਰ ਥਣ ਦਾ ਸਾਈਜ਼ ਆ ਜਿਹੜਾ, ਸਾਈਜ਼ ਬੜਾ ਕਮਾਲ ਦਾ ਰੱਖਦੀ ਆ। ਤੇ ਬਾਕੀ ਬਾਡੀ ਵਾਲੇ ਮਾਮਲੇ 'ਚ ਬੜੀ ਸ਼ਾਨਦਾਰ ਆ, ਉੱਤੋਂ ਬਾਡੀ ਚੈੱਕ ਕਰ ਸਕਦੇ ਹੋ, ਬਿਲਕੁਲ ਸਟੇਟ ਆ। ਤੇ ਚੋਣ ਚਬਾਉਣ ਦੀ ਕਿਵੇਂ ਆ? ਚੋਣ ਦੀ ਬਾਈ ਜਮਾ 1 ਨੰਬਰ ਓਕੇ ਹੈ, ਹੈਗੀ ਆ 100 ਦੀ 100 ਖਰੀ ਸੌ ਜਮਾ। ਦੀ ਸੌ ਬਾਈ ਜਮਾ, ਛਰਲਾ ਸਿੱਟਾ ਟਾਇਟ ਫਾਈਟ ਵਾਲਾ ਮਹਾਂ ਕੰਮ ਜਮਾ ਬਾਈ ਆ ਓਕੇ ਹੈ। ਬੰਦੇ ਛਰਲਾ ਸਿੱਟਾ ਟਾਇਟ ਫਾਈਟ ਵਾਲਾ ਸਿਸਟਮ ਬਾਈ ਕਹਿੰਦਾ ਹੈ ਨਹੀਂ ਕਿਸੇ ਪੱਖ ਤੋਂ। ਤੇ ਬਾਕੀ ਜਿਹੜਾ ਥਣ ਦਾ ਸਾਈਜ਼ ਆ, ਬਹੁਤ ਕਮਾਲ ਦਾ ਰੱਖਦੀ ਆ, ਜਿੱਦਾਂ ਦਾ ਸਾਈਜ਼ ਆ ਬਾਈ ਕਹਿੰਦਾ ਉਦਾਂ ਦੀ ਏਰੀਆ ਹੈਗੀ ਆ ਸੱਜਣੋ ਚਬਾਈ। ਤੇ ਬਾਕੀ ਚੜਾਈ ਚੜੂਈ ਬਹੁਤ ਆ ਗਈ ਇੱਥੋਂ, ਮਾਰਦੀ ਕੈਮਰਾ ਪਿਛਾਂ ਵਾਲੇ ਪੱਖ ਤੋਂ, ਇੱਥੋਂ ਚੜਾਈ ਵੀ ਫੁੱਲ ਰੱਖਦੀ ਆ। ਤੇ ਬਾਕੀ ਮੇਨ ਗੱਲ ਆ ਜਿਹੜੀ, ਝੋਟੀ ਸੁਭਾਅ ਦੀ ਠੰਡੀ ਆ ਗਈ ਬਿਲਕੁਲ। ਆ ਗਾਂ ਵਾਲਾ ਸਿਸਟਮ ਹੀ ਆ ਜਿਵੇਂ ਕਹੀਏ, ਪਿਓਰ ਹਰਿਆਣੇ ਦਾ ਪਸ਼ੂ ਠੰਡਾ ਹੁੰਦਾ ਨਾ, ਉਹ ਸੀਨ ਆ। ਤੇ ਰੰਗ ਰੁੰਗ ਵੀ ਝੋਟੀ ਦਾ ਬੜਾ ਚੰਗਾ, ਜੇ ਗੱਲਬਾਤ ਕਰਨੀ। ਇਸ ਵਾਰੀ ਕਿੰਨਾ ਕੁ ਦੁੱਧ ਪਾ ਸਕਦੀ ਹੈ ਫਿਰ? ਇਸ ਵਾਰ ਬਾਈ ਬਾਹਲਾ ਤਾਂ ਨਹੀਂ, ਆਪਾਂ ਕਹਿੰਦੇ ਵੀ 14 ਕੁ ਲੀਟਰ ਦੇ ਆਪਾਂ ਹਮੀ ਭਰਦੇ ਵੀ 14 ਕੁ ਲੀਟਰ ਦਾ ਚੌਦਾਂ ਦੇਊਗੇ। ਦੀ ਗਰੰਟੀ ਦੇ ਦਾਂਗੇ। ਹਾਂਜੀ ਬਾਈ। ਆ ਪਹਿਲਣ ਨੇ ਬਾਈ ਕਹਿੰਦਾ ਪਾਇਆ 13 ਹੋਇਆ, ਬਾਕੀ ਲੇਵਾ ਰੱਖਦੀ ਆ ਟੈਟ ਆ। ਤੇ ਬਾਕੀ ਜਿਹੜਾ ਚਬਾਈ ਦਾ ਟਾਈਮ ਆ, ਤਕਰੀਬਨ 2-3 ਘੰਟੇ ਪੈਂਡਿੰਗ ਨੇ, ਉਹ ਹਿਸਾਬ ਨਾਲ ਇਹਦੀ ਜੱਜਮੈਂਟ ਕਰ ਲਿਓ। ਤੇ ਬੱਚੇ ਤੇ ਕੈਮਰਾ ਕੇਰਾ ਹੋਰ ਮਾਰ ਦਿੰਗੇ, ਕੋਈ ਨਾੜੂ ਆ ਤਾਂ ਕਹਿ ਲਈਏ ਆਪਾਂ ਨਾਲ ਹੀ ਆ। ਤੇ ਬੱਚਾ ਵੀ ਕਿਸੇ ਚੰਗੇ ਸੀਮਨ ਦਾ ਹੀ ਲੱਗਦਾ, ਵਧੀਆ ਸਮਾਂ ਪਲਿਆ। ਤੇ ਚਬਾਈ ਚਬੂਈ ਵਾਲੇ ਮਾਮਲੇ 'ਚ ਹੈਗੀ 100 ਦੀ 100। ਮਹਾਂ ਜਮਾਂ ਬਾਈ ਓਕੇ। ਇੱਧਰਲੇ ਇੱਧਰਲੇ ਬੰਨੇ ਆ ਕੇ ਦਿਖਾ ਦੇ ਬਾਈ, ਲੰਬੀ ਲੰਬੀ ਦਿਖਾ ਦੇ ਇੱਧਰੋਂ, ਤੇ ਕੱਦ ਕਾਠ ਦਾ ਆਈਡੀਆ ਕਰਾ ਦੇ। ਕੱਦ ਵੀ ਚੰਗਾ ਰੱਖਦੀ ਆ, ਲੰਬੀ ਵੀ ਚੰਗੀ ਆ, ਤੇ ਬਾਕੀ ਨਸਲ ਚੰਗੀ ਬਣਾ ਦੂ। ਜਿਹੜੇ ਭਰਾ ਨੇ ਕਹਿ ਲਈਏ ਬਰੀਡ ਤੇ ਕੰਮ ਕਰਨਾ, ਉਹਨੂੰ ਬਾਹਲੀ ਬੈਸਟ ਰਹੂਗੀ। ਸਿੰਗ ਜ਼ਰੂਰ ਖੁੱਲ੍ਹਾ 19-20, ਪਰ ਬਾਡੀ ਤੇ ਜੱਚਦਾ ਜਿੱਦਾਂ ਦੀ ਝੋਟੀ ਦੀ ਕੁਆਲਿਟੀ ਆ, ਹੈ ਨਾ। ਹਾਂਜੀ। ਪੈਸੇ ਕਿੰਨੇ ਲੰਮੇ ਕਹਿੰਦੇ ਫਿਰ? ਫਿਕਸ ਜਾ ਜਾਂਦੇ ਕੰਮ ਜੇਬ 'ਚ ਪਾਉਣ ਵਾਲਾ ਮੁੱਲ ਦਾ ਬਾਈ, ਇੱਕ 25 ਕਰਾਲਾ, 30 ਕਰਾਲਾ, ਵੀ ਇੱਕ 20 ਦੀ ਆਪਾਂ ਦੇ ਦਾਂਗੇ, 1-20 ਦੀ ਦੇ ਦਾਂਗੇ, ਦੇ ਦਾਂਗੇ ਮਾੜਾ ਮੋਟਾ ਮਾਨਤਾਨ ਉਹ। ਹਾਂ ਬਾਈ, ਕਰ ਦਾਂਗੇ। ਆ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ 1,20,000 ਇਹਦਾ ਲੈਣਾ, ਥੋੜਾ ਵਾਲਾ ਮਾਨਤਾਨ ਉਹ ਚ ਹੋ ਜਾਊਗਾ। ਤੇ ਅੱਜ ਚੌਥੇ ਦਿਨ ਹਾਜ਼ਰ ਕਿੰਨਾ?
10 ਲੀਟਰ ਬਈ ਜਾਵਾਂ ਮਿਣ ਕੇ ਜਾਵਾਂ 10 ਡੰਗ ਤੋਂ ਡੰਗ ਚੋ। ਹਾਂ ਹਾਂ ਬਈ ਇਹਦਾ ਚੋ ਕੇ ਲੈ ਜਾਵੇ 6 7 ਤਸੱਲੀ ਵਾਲਾ ਕੰਮ ਤਾਂ ਨਹੀਂ? ਨਾ ਨਾ ਚੋ ਕੇ ਲੈ ਜਾਵੇ ਉਹਦੀ ਤਸੱਲੀ ਨਾਲ, ਤਸੱਲੀ ਕਰਾ ਦਾਂਗੇ, ਤਸੱਲੀ ਨਾਲ ਜਾਵਾਂ। ਆ ਤਸੱਲੀ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾ ਦਾਂਗੇ ਤੇ ਨੰਬਰ ਬੋਲ ਦਿਓ ਜੀ। ਨੰਬਰ ਬਾਈ 88 726 ਹਾਂਜੀ 73 365। 88 726 73 365 ਬਾਈ ਦਾ ਨੰਬਰ ਆ। ਪਿੰਡ ਕਲਾਣਾ, ਤਹਿਸੀਲ ਬੁਲਾਡਾ ਤੇ ਜ਼ਿਲ੍ਹਾ ਮਾਨਸਾ, ਸੰਪਰਕ ਬਾਈ ਨਾਲ ਕਰ ਲਿਓ। ਧੰਨਵਾਦ।